ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਰਣਜੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਟਾਈਮ ਆ ਮੋਰਨਿੰਗ ਦੇ 7:15 ਦਾ ਟਾਈਮ ਹੈ। ਮੈਂ 6:30 ਵਜੇ ਕੱਪੜੇ ਧੋਣ ਲੱਗੀ ਸੀਗੀ ਅਤੇ ਰਾਤ ਸਾਨੂੰ ਹਨੇਰਾ ਹੋ ਗਿਆ ਆਉਂਦਿਆਂ ਨੂੰ, ਅਤੇ ਅਸੀਂ ਕਿਤੇ ਗਏ ਹੋਏ ਸੀਗੇ ਪਰ ਸਾਡੇ ਹਨੇਰਾ ਹੋ ਗਿਆ। ਰਾਤ ਕੰਮ ਕਰੇ ਅਤੇ ਕੱਪੜੇ ਅਸੀਂ ਜਮ੍ਹਾਂ ਕਰਕੇ ਮੋਹਾਲੀ ਸਵੇਰ ਹੀ ਧੋਵਾਂਗੇ। ਹੁਣ ਬੱਦਲਬਾਜ਼ੀ ਜੀ ਵੀ ਹੋਈ ਪਈ ਹੈਗੀ ਕਿਉਂਕਿ ਅੱਜ 15 ਅਗਸਤ ਅਸੀਂ ਛੁੱਟੀ ਹੈ ਬੱਚਿਆਂ ਨੂੰ, ਅਤੇ ਉੱਠੀ ਵੀ ਮੈਂ ਲੇਟ ਆਉਂਗੀ। ਪਰ ਕੱਲ੍ਹ ਸਾਰੀ ਰਾਤ ਨੀਂਦ ਨਹੀਂ ਆਈ, ਰਾਤ ਕੱਲ੍ਹ ਉੱਥੇ ਉੱਧਰ ਪਾ ਕੇ ਅਤੇ ਰਾਤ ਸਵੇਰਾ ਹੋ ਗਿਆ। ਭੱਜ ਭੱਜ ਕੰਮ ਕਰੇ ਆ ਕੇ ਫਿਰ ਕੱਪੜੇ ਕਰਕੇ ਧੋਵਾਂਗੇ। ਠੀਕ ਇੱਕ ਸੂਟ ਅਸੀਂ ਜਾਂਦੇ ਲਾ ਗਏ ਸੀ, ਕਾਫੀ ਹੋ ਗਿਆ, ਦੋ ਦੋ ਸੂਟ ਦੇ ਦਿੱਤੇ ਸਾਰੇ ਦੇ, ਇੰਨੇ ਕੱਪੜੇ ਮੱਕੜ ਇਕੱਠੇ ਕਰੇ ਜੀ। ਅਤੇ ਨਾਲ ਜੀ ਕਿਉਂਕਿ ਬਾਪ ਜੀ ਰੁੱਤਾ ਕਿ ਖਜੀ ਨਹੀਂ ਆਏ ਨਾ ਸੁੱਕਣੇ ਪਾਉਣ ਖਾਣ ਦੇ। ਪਹਿਲਾਂ ਤਾਂ ਮੈਂ ਕੱਪੜੇ ਚਿੱਟੇ ਧੋਤੇ, ਮਕਾ ਸੁੱਕ ਕੇ ਸੁੱਕ ਜਾਣਗੇ, ਨਹੀਂ ਉਹ ਪੀਣ ਕੁ ਜੀ ਬਹਿ ਜਾਂਦੀ ਕੱਪੜਿਆਂ ਦੇ। ਸਰਦਾਰ ਜੀ ਦੀ ਪੱਗ ਤੇ ਰਹੇਗੀ, ਆਪਾਂ ਇਹ ਸੁੱਕ ਨਹੀਂ ਪਾਇਆ ਮੈਂ ਕੋਠੀ 'ਤੇ ਪਾਉਣੀ ਪਾਈ ਜੀ। ਆਪਾਂ ਫਿਰ ਮਿਲਦੇ ਹਾਂ, ਕੱਪੜਿਆਂ ਦਾ ਕੰਮ ਆਪਣਾ ਨਿਬੜ ਗਿਆ, ਇੱਧਰ ਝਾੜੂ ਲਾ ਦਿੱਤਾ, ਉੱਧਰ ਰਹਿ ਗਿਆ ਸਾਫ਼ ਸਫਾਈ ਆ। ਅੱਜ ਛੁੱਟੀ ਹੈ 15 ਅਗਸਤ ਦੀ, ਸੁੱਕਮਾ ਕੁੜੀਆਂ ਲਾ ਦਾ ਝਾੜੂ। ਲਓ ਜੀ ਆਪਣੇ ਸਾਰੇ ਕੰਮ ਹੋ ਗਏ ਨੇਗੇ ਅਤੇ ਮੱਝਾਂ ਬਸ ਇੱਕ ਮੱਝ ਰਹੇਗੀ ਆ। ਸੁੱਕਮਣ ਹੋਰੀਆਂ ਪਹਿਲਾਂ ਝਾੜੂ ਪੋਚਾ ਕਰਦੀਆਂ ਸੀ ਆਪਾਂ, ਉੱਧਰੋਂ ਆਪਾਂ ਸਾਰਾ ਰਸੋਈ ਵਗੈਰਾ ਸਾਫ਼ ਕਰਕੇ ਅਤੇ ਭਾਂਡਾ ਖਿੱਚਰ ਸਾਫ਼ ਕਰਕੇ ਕੱਪੜੇ ਧੋਤੇ ਗਏ। ਪਰ ਬੱਦਲ ਵੀ ਦੇਖੋ ਤੁਹਾਨੂੰ ਦਿਸਦਾ ਹੀ ਹੋਣਾ ਮੌਸਮ, ਅਤੇ ਅਚਾਰ ਸਰਦਾਰ ਜੀ ਪੱਟ ਗਏ ਸੀਗੇ ਅੱਜ, ਉਹਨਾਂ ਨੂੰ ਕੋਈ ਠੰਡ ਦਾ ਲਾਲਚ ਹੈਗਾ, ਕਹਿੰਦੇ ਕਿ ਠੰਡ 'ਚ ਕੰਮ ਕਰ ਲਈ। ਵੀ ਅਸੀਂ ਠੰਡ 'ਚ ਕੰਮ ਕਰ ਲਈਏ ਹੈ ਨਾ, ਠੰਡ ਕਹਿੰਦੇ ਤੁਸੀਂ ਕਰ ਲਿਓ ਚਲ ਔਖੇ ਸੌਖੇ। ਦੀਦੀ ਇੱਕ ਪਾਸਿਓਂ ਆਈ ਤੀ, ਇੱਕ ਪਾਸੇ ਵੱਗ ਗਈ, ਅਤੇ ਆਪਾਂ ਆਪਣਾ ਕੰਮ ਕਰਦੇ ਹਾਂ। ਚਲੋ ਅੱਜ ਛੁੱਟੀ ਵੀ ਸੌਖਾ ਹੋ ਗਿਆ, ਨਹੀਂ ਕੱਲੀ ਨੂੰ ਮੈਨੂੰ 12 ਵੱਜ ਜਾਂਦੇ ਨੇ। ਅੱਜ ਹੁਣ 9:30 ਹੋ ਗਏ, ਬਸ ਦੁਬਾਰੇ ਦਾ ਗੋਹਾ ਸੁੱਟ ਕੇ 4 'ਚ ਸੁੱਟਣਾ। ਆ ਤਾਂ ਛੰਨੀ ਦਾ ਕੰਮ ਵੀ ਨਹੀਂ ਹੈਗਾ, 4 ਹੀ ਸੁੱਟਣਾ, 4 ਪੱਕੇ ਆਪਣੇ ਦੇ, ਅਤੇ ਉਹ ਮੈਂ ਸੁੱਟਣੀ। ਇੱਕ ਮੱਝ ਰਹੇਗੀ ਨਮਾਉਣ ਵਾਲੀ, ਚੱਲ ਜਦੋਂ ਨਾ ਇਹ ਇਹੋ ਜਿਹੀ ਖਰਾਬ ਮੱਝ ਹੈਗੀ, ਜਦੋਂ ਮੈਂ ਪਾਣੀ ਪਾਉਣਾ ਹੱਟ ਗਈ ਉਦੋਂ ਪਾਣੀ ਪੀਣ ਲੱਗ ਗਈ। ਪਹਿਲਾਂ ਤੂੜੀ ਟੱਕਰ ਲਾਇਆ ਜੀ, ਮਸਾਂ ਸਿਰ 'ਚ ਤੂੜੀ ਕੱਢੀ ਹੈ ਜੀ, ਇਵੇਂ ਹੀ ਆ ਮੱਝਾਂ ਨੇ ਭਾਈ ਮੇਰੀਆਂ। ਕੱਲੀ ਇਹਦੀ ਮਾਂ ਰਹਿ ਗਈ ਨਵਾਉਣ ਵਾਲੀ ਆ ਝੋਟੀ ਦੀ, ਅਤੇ ਬਸ ਇਹਦੇ 20 ਕੁ ਦਿਨ ਰਹਿ ਗਏ ਮੱਝ ਦੇ, ਇੱਕ ਦੇ ਦਿਨ ਪੂਰੇ ਨੇ, ਸੁੱਕ ਦਾ ਟਾਈਮ ਲਿਆ। ਕੁਝ ਮੀਂਹ ਆ ਗਿਆ, ਜਿਹੜਾ ਕੰਮ ਤਾਂ ਸਤੰਬਰ
ਪੂੰਡਿਆਂ ਦੀ ਟੰਗ ਦੀ ਆਹ ਕੱਪੜੇ 'ਚ ਨਾ ਪਾਈ ਚੰਗਾ, ਇਹ ਇਕੱਲੇ ਪੂੰਡਿਆਂ ਦੀ ਟੰਗ ਦੀ ਆਹੋ, ਅਤੇ ਉਹ ਲੈ ਜਾ ਲਾ ਕੇ ਚੁੰਨੀ ਮੇਰੀ ਪਈ ਰਹਿਣ ਦਿਓ, ਮੈਂ ਨੀਚੇ ਨੂੰ ਮਾਰੀ ਧਰੂੰਗੀ ਤੈਅ ਮਾਰ ਕੇ, ਆਹ ਲੈ ਜਾ ਲਾ ਕੇ ਆਹ ਤਾਂ ਸੁੱਕੀ ਪਏ ਨੇ, ਆਹ ਦਿੰਦੇ ਨਹੀਂ ਅੰਮੀ। ਅੱਜ ਸਿੱਧਾ ਜਾਊਂਗੀ ਸਿੱਧਾ ਦਸਵੀਂ ਆ, ਦਸਵੀਂ ਅੱਜ ਆਪਣੇ ਆਉਂਦੀ 10 ਮਿੰਟ ਜਾਵਾਂਗੇ ਮੱਝਾਂ ਸੂਟ ਪਾਉਣਗੇ ਮਾਦਲ। ਲਓ ਜੀ ਜਿਹੜਾ ਟਾਈਮ ਹੈਗਾ 4 ਵੱਜ ਗਏ ਨੇਗੇ, ਅਤੇ 4 ਵੱਜ ਗਏ ਨੇ, ਆਪਾਂ ਨੇ ਸਬਜ਼ੀ ਧਰ ਦਿੱਤੀ ਹੈਗੀ ਅਤੇ ਸਾਰੇ ਚਲੇ ਗਏ। ਸੁਖਮਨ ਹੋਣੀ ਛੁੱਟੀ ਸੀਗੀ 15 ਅਗਸਤ ਦੀ, ਅਤੇ ਉਹ ਵੀ 3 ਵਜੇ 2:30 ਵਜੇ ਟਿਊਸ਼ਨ 'ਤੇ ਵੱਗ ਗਈਆਂ, ਅਤੇ ਮੈਂ ਹੁਣ ਸਬਜ਼ੀ ਧਰੀ ਹੈਗੀ, ਅਤੇ ਚਾਬੀ ਨੂੰ ਚਾਹ ਪੀਤੀ ਵੱਗ ਗਈਆਂ, ਕਹਿੰਦੇ ਮੰਮਾ ਚਾਹ ਨੂੰ ਜੀ ਨਹੀਂ ਕਰਦਾ, ਫਿਰ ਮੈਂ ਵੀ ਨਹੀਂ ਕਰੀ, ਅਤੇ ਉਦੋਂ ਬਾਅਦ ਦੇ ਵਿੱਚ ਸਬਜ਼ੀ ਦੀ ਤਿਆਰੀ ਕਰਕੇ ਸਬਜ਼ੀ ਧਰ ਲਈ ਹੈਗੀ, ਆਲੂ ਮਟਰ, ਅਤੇ ਆਲੂ ਮਟਰ ਦੀ ਸਬਜ਼ੀ ਧਰੀ ਹੈਗੀ, ਅਤੇ ਬਸ ਕੱਪੜੇ ਨਾ ਹੋਰੋਂ ਮੈਂ ਸਵੇਰੇ ਲਾ ਦਿੱਤੇ ਸੀਗੇ, ਭੂਰ ਜੀ ਕਦੇ ਹਟ ਜਾਂਦੇ ਕਦੇ ਲੱਗ ਜਾਂਦੇ, ਮੈਂ ਕਿਹਾ ਚਿੱਟੇ ਕੱਪੜੇ ਨੇ ਨਵੇਂ ਕੱਪੜੇ ਨੇ ਆਉਣ ਜਾਣ ਵਾਲੇ, ਫਿਰ ਮੈਂ ਅੰਦਰ ਹੀ ਹੈ ਨਾ ਪਾ ਦਿੱਤੇ ਨੇਗੇ, ਅਤੇ ਸਟੈਂਡ ਲਿਆਉਂਗੀ, ਔਖਾ ਬਹੁਤ ਹੋ ਜਾਂਦਾ ਜਦੋਂ ਮੀਂਹ ਕੜੀ ਨਾ, ਜੇ ਤਾਂ ਮੈਂ ਚਿੱਟੇ ਕੱਪੜਿਆਂ ਨਾ ਬਿੰਦੇ ਬਿੰਦੇ ਆਪਾਂ ਹੱਥ ਵੀ ਨਹੀਂ ਲਾ ਸਕਦੇ ਹੈਗੇ, ਕਿਉਂਕਿ ਹੱਥਾਂ ਨਾਲ ਹੀ ਮੈਲ ਲੱਗ, ਹੱਥਾਂ ਦੇ ਨਾਲ ਹੀ ਮੈਲ ਲੱਗ ਜਾਣੀ, ਜੇ ਕਿੰਨੀ ਹੈ ਨਾ ਧੋ ਕੇ ਆਪਾਂ ਹੱਥ ਲਾ ਲਈਏ ਕੱਪੜਿਆਂ ਨੂੰ, ਅਤੇ ਤਾਂ ਵੀ ਫਿਰ ਉਹੀ ਹੋ ਜਾਂਦਾ। ਮੈਂ ਤਾਂ ਕੇਰਾਂ ਲਾ ਕੇ ਅੰਦਰ ਪਾ ਦਿੱਤੇ ਨਵੇਂ ਕੱਪੜੇ ਆਉਣ ਜਾਣ ਵਾਲੇ, 4 ਸੂਟ ਅਤੇ ਪਾ ਦਿੱਤੇ ਨੇ, ਦੇਖੋ ਸੁੱਕ ਜਾਣਗੇ, ਅੱਜ ਨਹੀਂ ਸੁੱਕਣਗੇ, ਕੱਲ੍ਹ ਨੂੰ ਜੇ ਵਧੀਆ ਧੁੱਪ ਨਿਕਲੀ ਘੰਟਾ ਧੁੱਪ ਲਵਾ ਕੇ ਪ੍ਰੈਸ ਕਰਕੇ ਸਾਂਭ ਦੇਵਾਂਗੇ। ਅਤੇ ਆਪਾਂ ਬਣਾਈਏ ਤਾਂ ਰੱਖੀਏ ਜੀ ਦਾਲ ਅਤੇ ਸਬਜ਼ੀ, ਦਾਲ ਨਹੀਂ ਸੋਰੀ ਸਬਜ਼ੀ, ਅਤੇ ਸਬਜ਼ੀ ਧਰੀ ਆਪਾਂ ਆਲੂ ਮਟਰ, ਅਤੇ ਮੱਝਾਂ ਮੈਂ ਬੰਨਿਆ ਹੀ, ਅਤੇ ਥੋੜ੍ਹੀਆਂ ਜਿਹੀਆਂ ਮਿਰਚਾਂ ਤੋੜਨ ਵਾਲੀਆਂ ਸੀਆਂ, ਪਰ ਹੁਣ ਨਾ ਮੈਨੂੰ ਟਾਈਮ ਨਹੀਂ ਹੈਗਾ ਲਾਲ, ਮੈਂ ਜੀ ਮੀਂਹ ਆ ਕੇ ਗਿੱਲਾ ਵੀ ਹੋ ਜੂ, ਪਰ ਟਾਈਮ ਨਹੀਂ ਹੈ ਨਾ, ਹਜੇ ਮੇਰੇ ਭਾਂਡੇ ਵਿਹਲੇ ਪਏ ਨੇ, ਦੁੱਧ ਬਾਹਰ ਵਿਹਲਾ ਕੀਤਾ ਸੀਗਾ, ਵਿਹਲਾ ਕੱਢਿਆ ਸੀ ਕੜਾਹੀਆਂ 'ਚੋਂ ਮਲਾਈ ਲਾ ਕੇ, ਹਜੇ ਭਾਂਡੇ ਵਿਹਲੇ ਕਰਕੇ ਇਕੱਠੇ ਕਰਕੇ ਧਰੇ ਪਏ ਨੇ, ਸਬਜ਼ੀ ਧਰ ਕੇ ਬਸ ਦੁੱਧ ਦਿੱਤਾ ਧਰਿਆ ਹੋਇਆ ਦਹੀਂ ਵਾਲਾ, ਅਤੇ ਸੁਖਮ ਆਪਾਂ ਜਿਹੜਾ ਦੁੱਧ ਦੀ ਦਹੀਂ ਜਮਾਉਂਦੇ ਹਾਂ, ਮਲਾਈ ਲਾ ਕੇ ਜਮਾਉਂਦੇ ਹਾਂਗੇ, ਬਿਨ ਮਲਾਈ ਤੋਂ ਹੀ ਦਹੀਂ ਖਾਂਦੇ ਹਾਂਗੇ ਆਪਾਂ, ਫਿਰ ਮੂੰਹ 'ਚ ਆਈ ਜਾਂਦੀ ਹੈ ਮਲਾਈ, ਅੱਕਲ ਖਾਨੀ ਮੰਨਦੇ ਨੇ। ਅਤੇ ਇਕੱਲੀ ਜਾਣੀ ਨੂੰ ਉਹਨਾਂ ਤਾਂ ਕੰਮ ਜਾ ਉੱਠਦਾ ਹੈਗਾ ਹੈ ਨਾ, ਕਦੇ ਕੰਮ ਕਰਨ ਲੱਗ ਜਾਂਦੇ, ਕਦੇ ਬਹਿ ਜਾਣੀ ਹੈ, ਜੇ ਬੈਠ ਬਹਿ ਜਾਣੀ ਫਿਰ ਅੱਧਾ ਘੰਟਾ ਲਾ ਦੇਣੀ ਮੋਬਾਈਲ 'ਤੇ, ਮੋਬਾਈਲ 'ਤੇ ਧਿਆਨ ਨਹੀਂ ਲੱਗੀ ਰਹਿਣੀ ਹੈਗੀ, ਪਰ ਨਾ ਕੋਈ ਗੱਲਬਾਤ ਹੁੰਦੀ ਹੈ ਹੈ ਨਾ, ਨਾ ਹੁਣ ਘਰ ਛੱਡ ਕੇ ਆਪਾਂ ਕਿਤੇ ਜਾ ਸਕਦੇ, ਨਾ ਹੀ ਹੁਣ ਟਾਈਮ ਆ ਕਿਸੇ ਜਾਣ ਦਾ ਹੈ ਨਾ, ਜੇ ਕਿਤੇ ਆਪਾਂ ਕਿਸੇ ਦੇ ਬਾਗ ਵੀ ਜਾਈਏ, ਨਾ ਹੀ ਕੋਈ ਅੱਜ ਕੱਲ੍ਹ ਚੱਲੇ ਜੀ ਕਿਸੇ ਨੂੰ ਝੱਲਦਾ ਕੋਈ ਹੈ ਨਾ, ਅਤੇ ਵਿਹਲਿਓ ਆਪਦੇ ਘਰ ਮੋਬਾਈਲ ਦੇਖ ਲਓ, ਪਏ ਜੋ ਨਾਮ ਜਪ ਲਓ। ਚਲੋ ਜੀ ਆਪਾਂ ਫਿਰ ਮਿਲਦੇ ਹਾਂ, ਸੁਖਮਨ ਹੋਰ ਆਇਆਂ ਤੋਂ ਹੀ ਮਿਲਾਂਗੇ ਹੁਣ, ਕਿਉਂਕਿ ਮੇਰੇ ਕੰਮ ਬਹੁਤ ਜ਼ਿਆਦਾ ਪਏ ਨੇਗੇ ਕਰਨ ਵਾਲੇ, ਇਕੱਲੀ ਜਾਣੀ ਆ ਫਿਰ ਕੰਮ ਕਰੂੰਗੀ, ਅਤੇ ਫਿਰ ਕਿਤੇ ਕਰੂੰਗੀ। ਚਲੋ ਆਪਾਂ ਬਾਅਦ 'ਚ ਮਿਲਦੇ ਹਾਂ ਫਿਰ।
ਕਿਵੇਂ ਲਿਬੜ ਗਈ ਹਜੇ ਮੇਰੀ ਆ ਚਾਹ ਪਈ ਆ ਪੀਣ ਵਾਲੀ ਹੁਣ ਕਰੀ ਆ ਚਾਹ ਅਸੀਂ ਅੱਜ ਸਵੇਰੇ 5 ਵਜੇ ਦੀ ਚਾਹ ਕਰੇ ਹੁਣ ਆਖਣੇ 5 ਵਜੇ ਕਰੀ ਆ 5:30 ਹੁਣ ਜੀ ਕਰਿਆ ਪਹਿਲਾਂ ਸਾਡੇ ਚਾਹ ਨੂੰ ਜੀ ਨਹੀਂ ਕਰਿਆ ਤਾਜ਼ਾ ਭਰ ਲਾਂਗੇ ਪਾਣੀ ਪਾਇਆ ਚੰਗਾ ਪੀਂਦਾ ਸਾਡੀ ਮਾਈ ਦੀ ਪੀਤਾ ਨਹੀਂ ਜਾਂਦਾ ਸੰਘਣ ਵਾਲਾ ਦਿੱਤਾ ਪਾਣੀ ਪਾਇਆ
ਚਾਹ ਚ ਪਾ ਲਾ, ਠੰਡੀ ਨਹੀਂ ਹੋਊਗੀ ਚਾਹ। ਲੈ ਦਹੀਂ ਸੱਚ ਜਾਗ ਨਹੀਂ ਪਾਇਆ, ਜਾਗ ਤੋਂ ਬਿਨਾ ਜੱਗ ਪਾਣੀ ਦਾ ਭਰ ਕੇ ਰੱਖ ਲੈਣਾ ਠੰਡੇ ਦਾ ਪੀਣ ਨੂੰ। ਬਾਕੀ ਆ ਸਫਾਈ ਥਾਂ ਬਾਅਦ ਗਿਆ, ਆਪਾਂ ਮੱਖੀਆਂ ਆਪਦੇ ਆਪ ਹੀ ਕਰ ਲੈਣੇ, ਹੁਣ ਦੁੱਧ ਦੀ ਵਾਸਨਾ ਨਾਲ ਮੱਖੀਆਂ ਆਉਣਗੀਆਂ। ਮਾਹ ਠੰਡਾ ਪਾਣੀ ਆ ਕਾਹਨੂੰ ਖਰਾਬ ਕਰਦੀ, ਪੁੱਛ ਕੇ ਹੁਣ ਮੈਂ ਧਰ ਕੇ ਆਵਾਂ, ਤੁਸੀਂ ਫਿਰ ਡੋਲੋਗੇ। ਮੈਂ ਹੀ ਪਾਉਂਗੀ ਜਦੋਂ ਪਾਏ ਭਰੀ ਹੋਈ ਆ ਵੱਧ। ਮੈਂ ਤਾਂ ਰੋਟੀ ਖਾਣੀ ਨਾ, ਪੁੱਤ ਖਾ ਲਈ ਕੁੱਦੀ ਤਾਂ ਹੱਥ ਨੇ ਜੇ ਖਾ ਕੇ ਫਿਰ ਆਏ ਖਰਾਬ ਕੰਮ ਹੋ ਗਿਆ ਆਪਣਾ ਤਾਂ ਤੁਸੀਂ ਤਾਂ ਐਵੇਂ ਨਹੀਂ ਖਾਣ ਪੀਣ ਦਾ ਆਉਂਦਾ ਸੈੱਟ ਬਹਿੰਦਾ। ਚਲੋ ਜੀ ਆਪਣੇ ਕੰਮ ਤਾਂ ਵੀ ਚੱਲਦੀ ਰਹਿਣਗੇ, ਆਪਾਂ ਇੱਥੇ ਸਫਾਈ ਕਰਕੇ ਘੁੱਟ ਕੇ ਚਾਹ ਪੀ ਲਈਏ ਪਈ ਹੈਗੀ। ਮੈਂ ਕਿਹਾ ਭਾਰਾ ਦੁੱਧ ਪਾਇਆ, ਹੁਣ ਚਾਹ ਪੀ ਲਈ ਲਾਵਾਂ ਪਏਗੀ ਫਿਰ ਰਹਿ ਜੂ ਮੇਰੀ ਚਾਹ। ਆਪਾਂ ਕਰਦੇ ਹਾਂ ਵੀਡੀਓ ਐਂਡ, ਜੇਕਰ ਚੈਨਲ 'ਤੇ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਹੁਣ ਬਸ ਦੁੱਧ ਸਾਂਭ ਕੇ ਜੋਰ 'ਚ ਫੁਲਾ ਕੇ ਰੋਟੀ ਲਾ ਲਾਂਗੇ, ਫਿਰ ਨਹਾ ਕੇ ਪੈ ਜਾਂਗੇ। ਮਿਲਾਂਗੇ ਆਪਾਂ ਕੱਲ੍ਹ ਨੂੰ ਕਿਸੇ ਨਵੀਂ ਵੀਡੀਓ ਨਾਲ। ਅੱਜ ਦੀ ਵੀਡੀਓ 'ਚ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।